ਪਰ ਚੂਨ ਤੋਂ ਬਾਅਦ ਥੋਕ ਮਹਿੰਗਾਈ ਵਿੱਚ ਵੀ ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ ਥੋਕ ਮੁੱਲ ਸੂਚਕ ਅੰਕ ਤੇ ਆਧਾਰਿਤ ਥੋਕ ਮਹਿੰਗਾਈ ਦੀ ਦਰ ਸਲਾਣਾਦਾਰ ਤੇ ਸਤੰਬਰ ਚੁੱਕ ਕੇ ਮਨਫੀ 0.2% ਤੇ ਆ ਗਈ ਹੈ ਲਗਾਤਾਰ 6ਵੇਂ ਮਹੀਨੇ ਥੋਕ ਮਹਿੰਗਾਈ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਗਸਤ ਵਿੱਚ ਇਹ 5ਵੇਂ ਮਹੀਨੇ ਦੇ ਸਭ ਤੋਂ ਉੱਪਰਲੇ ਪੱਧਰ ਮਨਫੀ 0.52% ਤੇ ਪਹੁੰਚ ਗਈ ਸੀ ਇਹ ਜਾਣਕਾਰੀ ਬਣਜ ਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਆਂਕੜਿਆਂ 'ਚ ਦਿੱਤੀ ਗਈ ਹੈ ਮੰਤਰਾਲੇ ਅਨੁਸਾਰ ਸੰਬਰ ਮਹੀਨੇ ਪਿਛਲੇ ਸਾਲ ਇਸੇ ਸਮੇਂ ਦੀ ਤੁਲਨਾ ਚ ਰਸਾਇਣਿਕ ਉਤਪਾਦਾਂ ਖਣਿਜ ਤੇਲ ਕਪੜਾ ਪੁਨਿਆਦੀ ਤਾਦੂਆਂ ਤੇ ਅਨਾਜ ਉਤਪਾਦਨੀਆਂ ਕੀਮਤਾਂ ਚ ਗਿਰਾਵਟ ਕਾਰਨ ਥੋਕ ਮਹਿੰਗਾਈ ਘਟ ਹੋਈ ਹੈ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਚ ਪ੍ਰਚੂਨ ਮਹਿੰਗਾਈ ਦਰ ਸਲਾਨਾ ਆਧਾਰ ਤੇ ਕੱਟ ਕੇ 3 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 5.02 ਫੀਸਦੀ ਤੇ ਆ ਗਈ ਸੀ ਇਸ ਦਾ ਮੁੱਖ ਕਾਰਨ ਸਬਜ਼ੀਆਂ ਤੇ ਤੇਲ ਦੀਆਂ ਕੀਮਤਾਂ ਘਟ ਹੋਣਾ ਹੈ